ਰਾਗ ਗੌੜੀ ਗੁਆਰੇ ਰੀ ਮਹੱਲਾ ਪਹਿਲਾ ਚੌਪਦੇ ਦੁਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ। ਪਹਿਲੀ ਵੇਰ ਸਿਰਲੇਖ ਆਇਆ ਹੈ ਚੌਪਦੇ ਦੁਪਦੇ, ਭਾਵ ਚਾਰ ਚਾਰ ਪਦਿਆਂ ਵਾਲੇ ਅਤੇ ਦੋ ਦੋ ਪਦਿਆਂ ਵਾਲੇ ਸ਼ਬਦ ਅੱਗੇ ਆ ਰਹੇ ਨੇ। ਸ੍ਰੀ ਰਾਗ ਅਤੇ ਮਾਝ ਰਾਗ ਵਿੱਚ ਸਤਿਗੁਰਾਂ ਜੀ ਨੇ ਇਹ ਵੱਖਰੀ ਸੂਚਨਾ ਨਹੀਂ ਰੱਖੀ, ਪਰ ਇੱਥੇ ਉਚੇਚੇ ਤੌਰ 'ਤੇ ਇਹ ਸੂਚਨਾ ਸਤਿਗੁਰਾਂ ਨੇ ਦਿੱਤੀ ਹੈ ਔਰ ਅਗਾਂਹ ਵੀ ਇਹ ਸੂਚਨਾ ਆਉਂਦੀ ਰਹੇਗੀ। ਰਹਾਉ ਦੀ ਪੰਗਤੀ ਸ਼ਬਦ ਦਾ ਕੇਂਦਰੀ ਭਾਵ ਹੁੰਦੀ ਹੈ ਅਤੇ ਉਹਨਾਂ ਪੰਗਤੀਆਂ ਤੋਂ ਇਲਾਵਾ ਜਿਸ ਸ਼ਬਦ ਦੇ ਚਾਰ ਪਦ ਹੋਣ ਉਸਨੂੰ ਚੌਪਦੇ ਕਹਿੰਦੇ ਨੇ, ਜਿਸ ਦੇ ਤਿੰਨ ਹਨ ਉਸ ਦੇ ਤੇ ਪਦੇ ਕਿਹਾ ਜਾਂਦਾ ਹੈ ਅਤੇ ਜਿਨ੍ਹਾਂ ਦੇ ਦੋ ਪਦ ਹੋਣ ਉਹ ਦੋ ਪਦੇ ਕਹੇ ਜਾਂਦੇ ਨੇ। ਅੱਠ ਅੱਠ ਪਦਿਆਂ ਵਾਲੇ ਸ਼ਬਦ ਨੂੰ ਅਸ਼ਟਪਦੀਆਂ ਕਿਹਾ ਜਾਂਦਾ ਹੈ, ਉਹ ਪਿੱਛੇ ਦਰਸ਼ਨ ਆਪਾਂ ਕਰ ਆਏ ਹਾਂ। ਸੋ ਇਹ ਚੌਪਦੇ ਦੋ ਪਦੇ, ਭਾਵ ਚਾਰ ਪਦਿਆਂ ਵਾਲੇ ਅਤੇ ਦੋ ਦੋ ਪਦਿਆਂ ਵਾਲੇ ਸ਼ਬਦ ਰਲਵੇਂ ਆ ਰਹੇ ਨੇ ਤਾਂ ਇਹ ਸਿਰਲੇਖ ਸਤਿਗੁਰੂ ਜੀ ਨੇ ਰੱਖਿਆ ਹੈ। ਹਾਂਜੀ। ਭਉ ਮੁੱਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਧਰ ਚਲੀਐ ਸਹੀਐ ਭਾਰ ਨਦਰੀ ਕਰਮੀ ਗੁਰ ਵਿਚਾਰ ਭੈ ਬਿਨ ਕੋਇ ਨ ਲੰਘਸ ਪਾਰ ਭੈ ਭਉ ਰਾਖਿਆ ਭਾਇ ਸਵਾਰ ਰਹਾਉ ਭੈ ਤਨ ਅਗਨ ਭੈ ਤਨ ਅਗਨ ਪਖੈ ਭੈ ਨਾਲ ਭੈ ਭਉ ਘੜੀਐ ਸ਼ਬਦ ਸਵਾਰ ਭੈ ਬਿਨ ਘਾੜਤ ਕੱਚਨ ਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੈ ਚਾਉ ਸਹਿਸ ਸਿਆਣਪ ਪਵੈ ਨਾ ਤਾਉ ਨਾਨਕ ਮਨਮੁਖ ਬੋਲਣ ਵਾਉ ਅੰਧਾ ਅੱਖਰ ਵਾਉ ਦਵਾਉ ਗੌੜੀ ਮਹੱਲਾ ਪਹਿਲਾ ਡਰ ਘਰ ਘਰ ਡਰ 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 ਜਾਏ ਸੋ ਡਰ ਕਿਹਾ ਜਿਤ ਡਰ ਡਰ ਪਾਏ ਤੁਧ ਬਿਨ ਦੂਜੀ ਨਾਹੀ ਜਾਏ ਜੋ ਕਿਛ ਵਰਤੈ ਸਭ ਤੇਰੀ ਰਜਾਏ ਡਰੀਐ ਜੇ ਡਰ ਹੋਵੈ ਹੋਰ ਡਰ ਡਰ ਡਰਨਾ ਮਨ ਕਾ ਸੋਰ ਰਹਾਉ ਨਾ ਜੀਓ ਮਰੈ ਨਾ ਡੂਬੈ ਤਰੈ ਜਿਨ ਕਿਛ ਕੀਆ ਸੋ ਕਿਛ ਕਰੈ ਹੁਕਮੇ ਆਵੈ ਹੁਕਮੇ ਜਾਏ ਆਗੈ ਪਾਛੈ ਹੁਕਮ ਸਮਾਏ ਹੰਸ ਹੇਤ ਆਸਾ ਅਸਮਾਨ ਤਿਸ ਵਿੱਚ ਭੂਖ ਬਹੁਤ ਨੈਸਾਨ ਭਉ ਖਾਣਾ ਪੀਣਾ ਆਧਾਰ ਵਿਣ ਖਾਧੇ ਮਰ ਹੋਹੇ ਗਵਾਰ ਜਿਸ ਕਾ ਕੋਇ ਕੋਈ ਜਿਸ ਕਾ ਕੋਇ ਕੋਈ ਕੋਇ ਕੋਇ ਸਭ ਕੋ ਤੇਰਾ ਤੂੰ ਸਭਨਾ ਕਾ ਸੋਇ ਜਿਸ ਕਾ ਕੋਇ ਕੋਈ ਕੋਇ ਕੋਇ ਸਭ ਕੋ ਤੇਰਾ ਤੂੰ ਸਭਨਾ ਕਾ ਸੋਇ ਜਾ ਕੇ ਜੀ ਅਜੰਤ ਧਨ ਮਾਲ ਨਾਨਕ ਆਖਣ ਬਿਖਮ ਵਿਚਾਰ ਗੌੜੀ ਮਹੱਲਾ ਪਹਿਲਾ ਮਤ ਮਾਤਾ ਪਿਤਾ ਸੰਤੋਖ ਮਾਤਾ ਮਾਤ ਪਿਤਾ ਸੰਤੋਖ ਸਤ ਭਾਈ ਕਰ ਇਹੋ ਵਿਸ਼ੇਖ ਕਹਿਣਾ ਹੈ ਕਿਛ ਕਹਿਣ ਨਾ ਜਾਏ ਤਉ ਕੁਦਰਤ ਕੀਮਤ ਨਹੀਂ ਪਾਏ ਰਹਾਉ ਸਰਮ ਸੁਰਤ ਦੁਇ ਸਸੁਰ ਭਏ ਕਰਣੀ ਕਾਮਣ ਕਰ ਮਨ ਲਏ ਸਾਹਾ ਸੰਜੋਗ ਵੀ ਆਹੋ ਵਿਜੋਗ ਸੱਚ ਸੰਤਤ ਕਹੋ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪੌਣੈ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾ ਦੁਆਰ ਬੁਝ ਰੇ ਗਿਆਨੀ ਇਹੋ ਵਿਚਾਰ ਕਥਤਾ ਬਕਤਾ ਸੁਨਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਉ ਦੇਹੀ ਮਾਟੀ ਬੋਲੈ ਪੌਣ ਬੁਝ ਰੇ ਗਿਆਨੀ ਮੂਆ ਹੈ ਕੌਣ ਮੂਈ ਸੁਰਤ ਬਾਦ ਅਹੰਕਾਰ ਉਹ ਨਾ ਮੂਆ ਜੋ ਦੇਖਣ ਹਾਰ ਜੈ ਕਾਰਣ ਤਟ ਤੀਰਥ ਜਾਹੀ ਰਤਨ ਪਦਾਰਥ ਘਟ ਹੀ ਮਾਹੀ ਪੜ ਪੜ ਪੰਡਿਤ ਬਾਦ ਵਖਾਣ ਬਾਦ ਵਖਾਣੈ
ਪੜ੍ਹ ਪੜ੍ਹ ਪੰਡਿਤ ਬਾਦ ਵਖਾਣੈ ਭੀਤਰ ਹੋਦੀ ਵਸਤ ਨਾ ਜਾਣੈ ਹਉ ਨਾ ਮੂਆ ਮੇਰੀ ਮੋਈ ਬਲਾਏ ਉਹ ਨਾ ਮੂਆ ਜੋ ਰਹਿਆ ਸਮਾਏ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਜ਼ਰ ਨਾ ਆਇਆ ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਝੈ ਮਾਨੈ ਨਾਉ ਤਾਕੈ ਸਦ ਬਲਿਹਾਰੈ ਜਾਉ ਆਪ ਭੁਲਾਏ ਠੌਰ ਨਾ ਠਾਉ ਤੂੰ ਸਮਝਾਵਹਿ ਮੇਲ ਮਿਲਾਉ ਨਾਮ ਮਿਲੈ ਚੱਲੈ ਮੈਂ ਨਾਲ ਬਿਨ ਨਾਵੈ ਬਾਧੀ ਸਭ ਕਾਲ ਰਹਾਉ ਖੇਤੀ ਵਣਜ ਨਾਵੈ ਕੀ ਓਟ ਪਾਪ ਪੁੰਨ ਬੀਜ ਕੀ ਪੋਟ ਕਾਮ ਕ੍ਰੋਧ ਜੀਅ ਮਹਿ ਚੋਟ ਨਾਮ ਵਿਸਾਰ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੀਖ ਤਨ ਮਨ ਰਤੇ ਮੀਠੇ ਰਸ ਈਖ ਤਨ ਮਨ ਸੀਤਲ ਸਾਚ ਪਰੀਖ ਸਾਚੇ ਗੁਰ ਕੀ ਸਾਚੀ ਸੀਖ ਤਨ ਮਨ ਸੀਤਲ ਸਾਚ ਪਰੀਖ ਜਲ ਪੁਰਾਇਨ ਰਸ ਕਮਲ ਪਰੀਖ ਸ਼ਬਦ ਪੁਰਾਇਨ ਫਿਰ ਪੜੋ ਪੁਰਾਇਨ ਨਹੀਂ ਪੁਰਾਇਨ ਜਲ ਪੁਰਾਇਨ ਰਸ ਕਮਲ ਪਰੀਖ ਸ਼ਬਦ ਰਤੇ ਮੀਠੇ ਰਸ ਈਖ ਹੁਕਮ ਸੰਜੋਗੀ ਗੜ ਦਸ ਦੁਆਰ ਪੰਚ ਵਸ ਹੈ ਮਿਲ ਜੋਤ ਅਪਾਰ ਆਪ ਤੁਲੈ ਆਪੇ ਵਣਜਾਰ ਨਾਨਕ ਨਾਮ ਸਵਾਰਣ ਹਾਰ ਕੌੜੀ ਮਹੱਲਾ ਪਹਿਲਾ ਜਾਤੋ ਜਾਏ ਕਹਾ ਤੇ ਆਵੈ ਕਹਿ ਉਪਜੈ ਕਹਿ ਜਾਏ ਸਮਾਵੈ ਕਿਉਂ ਬਾਧਿਓ ਕਿਉਂ ਮੁਕਤੀ ਪਾਵੈ ਕਿਉਂ ਅਵਿਨਾਸੀ ਸਹਿਜ ਸਮਾਵੈ ਨਾਮ ਹਿਰਦੈ ਅੰਮ੍ਰਿਤ ਮੁਖ ਨਾਮ ਨਰਹਰ ਨਾਮ ਨਰਹਰ ਨਿਹਕਾਮ ਰਹਾਉ ਸਹਿਜੇ ਆਵੈ ਸਹਿਜੇ ਜਾਏ ਮਨ ਤੇ ਉਪਜੈ ਮਨ ਮਾਹੇ ਸਮਾਏ ਗੁਰਮੁਖ ਮੁਕਤੋ ਬੰਧ ਨਾ ਪਾਏ ਸ਼ਬਦ ਵਿਚਾਰ ਛੁਟੈ ਹਰ ਨਾਏ ਤਰਵਰ ਪੰਖੀ ਬਹੁ ਨਿਸਬਾਸ ਸੁਖ ਦੁਖੀਆ ਮਨ ਮੋਹ ਵਿਨਾਸ ਸਾਜ ਬਿਹਾਗ ਤਕ ਹੈ ਆਗਾਸ ਦਹਿ ਦਿਸ ਧਾਵ ਹੈ ਕਰਮ ਲਿਖਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਫੂਟੈ ਬਿਖ ਮਾਟ ਬਿਨ ਵੱਖਰ ਸੂਨੋ ਘਰ ਹਾਟ ਗੁਰ ਮਿਲ ਖੋਲੇ ਬੱਜਰ ਕਪਾਟ ਸਾਧ ਮਿਲੈ ਪੂਰਬ ਸੰਜੋਗ ਸੱਚ ਰਹੱਸੇ ਪੂਰੇ ਹਰ ਲੋਗ ਮਨ ਤਨ ਦੇ ਲੈ ਸਹਿਜ ਸੁਭਾਏ ਨਾਨਕ ਤਿਨਕੈ ਲਾਗੋ ਪਾਏ ਗੌੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮਹਿ ਚੀਤ ਝੂਠ ਵਿਕਾਰ ਜਾਗੈ ਹਿਤ ਚੀਤ ਪੂੰਜੀ ਪਾਪ ਲੋਭ ਕੀ ਕੀਤ ਤਰਤਾਰੀ ਮਨ ਨਾਮ ਸੋਚੀਤ ਵਾਹੋ ਵਾਹੋ ਸਾਚੇ ਮੈਂ ਤੇਰੀ ਟੇਕ ਹਉ ਪਾਪੀ ਤੂੰ ਨਿਰਮਲ ਏਕ ਰਹਾਓ ਅਗਨ ਪਾਣੀ ਬੋਲੈ ਪੜਵਾਓ ਜਿਹਵਾ ਇੰਦਰੀ ਏਕ ਸੁਆਓ ਦਿਸ਼ਟ ਵਿਕਾਰੀ ਨਾਹੀ ਭਉ ਭਾਓ ਆਪ ਮਾਰੇ ਤਾ ਪਾਏ ਨਾਓ ਸ਼ਬਦ ਮਰੈ ਫਿਰ ਮਰਨ ਨਾ ਹੋਏ ਬਿਨ ਮੂਏ ਕਿਉਂ ਪੂਰਾ ਹੋਏ ਪਰਪੰਚ ਵਿਆਪ ਰਹਿਆ ਮਨ ਦੋਏ ਥਿਰ ਨਾਰਾਇਣ ਕਰੇ ਸੋ ਹੋਏ ਇਹ ਸ਼ੁੱਧ ਕਰਨਾ ਪੈਣਾ ਈੜੀ ਅਤੇ ਅਣਾਣਾ ਜਦੋਂ ਨਾ ਵਿੱਚ ਆੜਾ ਲੱਗ ਜਾਂਦਾ ਫਿਰ ਨਾਰਾਇਣ ਨਾਰਾਇਣ ਪਾਠ ਨਾ ਹੋਵੇ ਨਾਰਾਇਣ ਫਿਰ ਨਾਰਾਇਣ ਕਰੇ ਸੋ ਹੋਏ ਬੋਹਿਥ ਚੜੋ ਜਾ ਆਵੈ ਵਾਰ ਠਾਕੇ ਬੋਹਿਥ ਦਰਗਹਿ ਮਾਰ ਸੱਚ ਸਾ ਲਾਹੀ ਧਨ ਗੁਰਦੁਆਰ ਨਾਨਕ ਦਰ ਘਰ ਏਕੰਕਾਰ ਗੌੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਸ ਦੁਆਰ ਤ੍ਰਿਭਵਨ ਬੇਦਿਆ ਆਪ ਮੁਰਾਰ
ਰੇ ਮਨ ਮੇਰੇ ਭਰਮ ਨਾ ਕੀਜੈ, ਮਨ ਮਾਨਿਐ ਅੰਮ੍ਰਿਤ ਰਸ ਪੀਜੈ ਰਹਾਉ। ਵਾਹਿਗੁਰੂ ਕੌੜੀ ਮਹੱਲਾ ਪਹਿਲਾ, ਉਲਟਿਓ ਕਮਲ ਬ੍ਰਹਮ ਵਿਚਾਰ, ਅੰਮ੍ਰਿਤ ਧਾਰ ਗਗਨ ਦਸ ਦੁਆਰ, ਤ੍ਰਿਭਵਨ ਬੇਦਿਆ ਆਪ ਮੁਰਾਰ। ਰੇ ਮਨ ਮੇਰੇ ਭਰਮ ਨਾ ਕੀਜੈ, ਮਨ ਮਾਨਿਐ ਅੰਮ੍ਰਿਤ ਰਸ ਪੀਜੈ ਰਹਾਉ। ਜਨਮ ਜੀਤ ਮਰਨ ਮਨ ਮਾਨਿਆ, ਆਪ ਮੂਆ ਮਾਨ ਮਨ ਤੇ ਜਾਣਿਆ, ਨਜ਼ਰ ਭਈ ਘਰ ਘਰ ਤੇ ਜਾਣਿਆ। ਜਾਤ ਸਤ ਤੀਰਥ ਮੱਜਨ ਨਾਮ, ਅਦਗ ਬਿਥਾਰ ਕਰੋ ਕਿਸ ਕਾਮ, ਨਰ ਨਾਰਾਇਣ ਅੰਤਰ ਜਾਮ, ਆਨ ਮਨੋ ਤਉ ਪਰ ਕਰ ਜਾਓ, ਕਿਸ ਜਾਚਾਓ ਨਾਹੀ ਕੋ ਥਾਓ, ਨਾਨਕ ਗੁਰਮਤਿ ਸਹਿਜ ਸਮਾਓ। ਕੌੜੀ ਮਹੱਲਾ ਪਹਿਲਾ। ਸਤਿਗੁਰ ਮਿਲੈ ਸੋ ਮਰਨ ਦਿਖਾਏ, ਸੋ ਮਰਨ ਸੰਬੰਧਕ ਪਾਠ ਹੈ। ਸੰਬੰਧਕ ਪਾਠ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਬਿਲਕੁਲ ਨਿਖੜਵਾਂ ਵੀ ਨਾ ਹੋਵੇ ਅਤੇ ਬਿਲਕੁਲ ਨਾਲ ਜੁੜਵਾਂ ਵੀ ਨਾ ਹੋਵੇ, ਉਹਨੂੰ ਸੰਬੰਧਕ ਪਾਠ ਕਿਹਾ ਜਾਂਦਾ ਹੈ। ਸੋ ਮਰਨ ਵੱਖਰਾ ਵੱਖਰਾ ਵੀ ਨਹੀਂ ਹੈ ਅਤੇ ਸਮਰਨ ਬਿਲਕੁਲ ਜੋੜ ਕੇ ਵੀ ਨਹੀਂ ਹੈ। ਸੰਬੰਧਕ ਪਾਠ ਜਿਵੇਂ ਭਾਈ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਸਤਿਗੁਰ ਮਿਲੈ ਸੋ ਮਰਨ ਦਿਖਾਏ, ਇਸੇ ਤਰ੍ਹਾਂ ਕਰਨਾ ਜੀ। ਸਤਿਗੁਰ ਮਿਲੈ ਸੋ ਮਰਨ ਦਿਖਾਏ, ਮਰਨ ਰਹਿਣ ਰਸ ਅੰਤਰ ਭਾਏ, ਗਰਭ ਨਿਵਾਰ ਗਗਨਪੁਰ ਪਾਏ। ਮਰਨ ਲਿਖਾਏ ਆਏ ਨਹੀਂ ਰਹਿਣਾ, ਹਰ ਜਪ ਜਾਪ ਰਹਿਣ ਹਰ ਸਰਣਾ ਰਹਾਉ। ਕਰ ਚੋਰੀ ਮੈਂ ਜਾ ਕਿਛ ਲਈਆ, ਤਾ ਮਨ ਭਲਾ ਭਾਇਆ, ਹਲਤ ਨਾ ਸੋਭਾ ਪਲਤ ਨਾ ਢੋਈ, ਅਹਿਲਾ ਜਨਮ ਗਵਾਇਆ। ਹਉ ਖਰੀ ਦੁਹੇਲੀ ਹੋਈ, ਬਾਬਾ ਨਾਨਕ ਮੇਰੀ ਬਾਤ ਨਾ ਪੁੱਛੈ ਕੋਈ ਰਹਾਉ। ਤਾਜੀ ਤੁਰਕੀ ਸੋਇਨਾ ਰੂਪਾ, ਕੱਪੜ ਕੇਰੇ ਭਾਰਾ, ਕਿਸ ਹੀ ਨਾਲ ਨਾ ਚੱਲੇ ਨਾਨਕ, ਝੜ ਝੜ ਪਏ ਗਵਾਰਾ। ਪੂਜਾ ਮੇਵਾ ਮੈਂ ਸਭ ਕਿਛ ਚਾਖਿਆ, ਇੱਕ ਅੰਮ੍ਰਿਤ ਨਾਮ ਤੁਮਾਰਾ। ਦੇ ਦੇ ਨੀਵ ਦਿਵਾਲ ਉਸਾਰੀ, ਭਾਸ ਮੰਦਰ ਕੀ ਢੇਰੀ, ਸੰਚੇ ਸੰਚ ਨਾ ਦੇਈ ਕਿਸ ਹੀ, ਅੰਧ ਜਾਣੈ ਸਭ ਮੇਰੀ। ਸੋਇਨ ਲੰਕਾ ਸੋਇਨ ਮਾੜੀ, ਸੰਪੈ ਕਿਸੈ ਨਾ ਕੇਰੀ। ਸੁਣ ਮੂਰਖ ਮਨ ਅਜਾਣਾ, ਹੋਗ ਤਿਸੈ ਕਾ ਭਾਣਾ ਰਹਾਉ। ਸਾਹੂ ਹਮਾਰਾ ਠਾਕੁਰ ਭਾਰਾ, ਹਮ ਤਿਸਕੇ ਵਣ ਜਾ ਰੇ, ਜੀਉ ਪਿੰਡ ਸਭ ਰਾਸ ਤਿਸੈ ਕੀ, ਮਾਰ ਆਪੇ ਜੀ ਵਾਲੇ। ਸਾਹੂ ਹਮਾਰਾ ਠਾਕੁਰ ਭਾਰਾ, ਹਮ ਤਿਸਕੇ ਵਣ ਜਾ ਰੇ, ਜੀਉ ਪਿੰਡ ਸਭ ਰਾਸ ਤਿਸੈ ਕੀ, ਮਾਰ ਆਪੇ ਜੀ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।